ਸਿਧਾਨਾ ਵੱਲੋਂ ਜਿੱਥੇ ਪਿੰਡ ਚ ਨਾਕਾ ਲਾਇਆ ਹੋਇਆ ਉੱਥੇ ਸਿਧਾਨਾ ਨੇ ਕੁਝ ਨੌਜਵਾਨਾਂ ਨੂੰ ਫੜਿਆ ਜਿਨ੍ਹਾਂ ਤੇ ਵੀਡੀਓ ਚ ਸਿਧਾਨਾ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਇਹ ਨੌਜਵਾਨ ਚਿੱਟੇ ਲੈਣ ਲਈ ਆਏ ਨੇ ਜਿਨ੍ਹਾਂ ਨੂੰ ਮੌਕੇ ਤੇ ਫੜਿਆ ਗਿਆ ਪਰ ਮੌਕੇ ਤੇ ਇੱਕ ਸਰਪੰਚ ਦੀ ਪਹੁੰਚੀ ਜੋ ਇਹਨਾਂ ਨੌਜਵਾਨਾਂ ਚੋਂ ਇੱਕ ਨੌਜਵਾਨ ਨੂੰ ਲੈਣ ਆਈ ਸੀ ਆਓ ਵੇਖਦੇ ਹਾਂ ਪੂਰੀ ਵੀਡੀਓ ਆ ਦੇਖ ਲਓ ਹੁਣ ਤੁਹਾਡਾ ਮੁੰਡਾ ਹੈ ਨਾ ਨਾ ਜੀ ਸਾਡਾ ਮੁੰਡਾ ਨਹੀਂ ਕਿੱਥੋਂ ਤੁਸੀਂ ਬੱਚਾ ਸੀਗਾ ਸਾਡਾ ਨਾ ਕਾਇ ਕਰਕੇ ਆ ਪੈਸੇ ਤੇ ਆ ਲੈ ਲਿਆ ਚਿੱਟੇ ਵਾਲੇ ਹੁਣ ਇਹ ਦੱਸ ਕਿਹਨੂੰ ਦੇਣਾ ਸੀ ਲੈਣਾ ਸੀ ਆ ਜੀ ਆ ਆ ਚੀਜ਼ ਨੇ ਪਿੰਦੇ ਆ ਉਹ ਲੈਣਾ ਸੀ ਆ ਇਹ ਪਿੰਦੇ ਆ ਇਹ ਉਹਦੇ ਕੋਲ ਬਰਾਮਦ ਹੋਈ ਹੈ ਆ ਇੱਕ ਚੀਜ਼ ਆ ਲੈਟਰ ਦਿਓ ਕਿਹਨੂੰ ਦੇਣਾ ਸੀ ਆ ਤੂੰ ਲੈਣਾ ਸੀ ਕੌਣ ਵੇਚਦਾ ਹੈਂ ਉੱਚੀ ਬੋਲੋ ਅੱਗੇ ਕਹਿ ਲੈ ਕੇ ਦੁੱਧ ਨਹੀਂ ਲੈ ਕੇ ਤੂੰ ਓਏ ਚਿੱਟੇ ਚਲੋ ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਹੁਣ ਤਾਂ ਪਤਾ ਲੱਗ ਗਿਆ ਤੁਸੀਂ ਫਿਰ ਤੁਸੀਂ ਮਗਰ ਕਿਉਂ ਆਏ ਹੋ ਕਿਹੜੇ ਦੇ ਆਏ ਹੋ ਇਹ ਨਾਲ ਕੀ ਲੈਣ ਆਇਆ ਮੈਂ ਤਾਂ ਮੋਟਰਸਾਈਕਲ ਮੇਰੇ ਘਰ ਚਲ ਉੱਥੇ ਥਾਣੇ ਦੇ ਦੇ ਉੱਧਰ ਹੋ ਜਾ ਚਲ ਬਿਠਾ ਬੈਠਾ ਜਾ ਮੂਰੇ ਬਿਠਾ ਮੋੜ ਗੱਡੀ ਲਾਓ ਲੈ ਚੱਲ ਥਾਣੇ ਅਸੀਂ ਆ ਜਾਂਦੇ ਚੱਲ ਅੱਜ ਲਿਆ ਗੱਡੀ ਮੋਟਰ ਅਸੀਂ ਗੱਲ ਪੰਜਾਬੀ ਉਹ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਆਪਾਂ ਜਾਣਦੇ ਹਾਂ ਕਿ ਜਿਹੜਾ ਕਰੋਨਾ ਨਾਂ ਦੀ ਬਿਮਾਰੀ ਜਿਹੜੀ ਉਹ ਪੂਰੀ ਦੁਨੀਆ ਨੂੰ ਲਪੇਟ ਲੈ ਚੁੱਕੀ ਆ ਅਤੇ ਉਹਦੇ ਸੰਬੰਧ ਦੇ ਵਿੱਚ ਬਹੁਤ ਚੰਗੀ ਗੱਲ ਹੈ ਕਿ ਬਹੁਤ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਵਾਲਿਆਂ ਨੇ ਆਪੋ ਆਪਣੇ ਪਿੰਡਾਂ ਦੇ ਮੋੜਾਂ 'ਤੇ ਸੜਕਾਂ 'ਤੇ ਰਾਹਾਂ 'ਤੇ ਨਾਕੇ ਲਾ ਕੇ ਰੋਕਿਆ ਅਤੇ ਉਹਦੇ ਨਾਲ ਦੋ ਫਾਇਦੇ ਹੋ ਰਹੇ ਨੇ ਜਿੱਥੇ ਅਸੀਂ ਕਰੋਨਾ ਦੀ ਬਿਮਾਰੀ ਤੋਂ ਬਚਣਾ ਹੈ ਉੱਥੇ ਅਸੀਂ ਚਿੱਟਾ ਜਿਹੜਾ ਚਿੱਟੇ ਦੀ ਸਪਲਾਈ ਜਿਹੜੀ ਲੈਣ ਆ ਉਹਨੂੰ ਵੀ ਤੋੜ ਸਕਦੇ ਹਾਂ ਅੱਜ ਅਸੀਂ ਨਾਕਾ ਲੱਗਾ ਸੀ ਸਾਡੇ ਪਿੰਡ ਦਾ ਅਤੇ ਚਿੱਟਾ ਲੈਣ ਕੁਛ ਆਏ ਸੀ ਬੰਦੇ ਉਹ ਫੜੇ ਗਏ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਪੋ ਆਪਣੇ ਪਿੰਡਾਂ ਦੇ ਵਿੱਚ ਆਪੋ ਆਪਣੇ ਜਿੰਨੇ ਰਾਹ ਪੈਂਦੇ ਨੇ ਕੋਈ ਡੰਡੀਆਂ ਪੈਂਦੀਆਂ ਨੇ ਕੱਚੇ ਰਾਹ ਨੇ ਪਏ ਨੇ ਸੜਕਾਂ ਨੇ ਸਾਰੇ ਥਾਵਾਂ ਦੇ ਉੱਤੇ ਤੁਸੀਂ ਦੋ ਦੋ ਬੰਦਿਆਂ ਦੀ ਡਿਊਟੀ ਲਾਓ ਤਾਂ ਕਿ ਕੋਈ ਵੀ ਬਾਹਰਲਾ ਬੰਦਾ ਪਿੰਡ 'ਚ ਨਾ ਆਵੇ ਪਿੰਡੋਂ ਕੋਈ ਵੀ ਬੰਦਾ ਬਿਨਾਂ ਕਿਸੇ ਗੰਭੀਰ
ਸਮੱਸਿਆ ਤੋਂ ਜਾਂ ਬਿਮਾਰੀ ਤੋਂ ਇਲਾਵਾ ਕੋਈ ਬਾਹਰਲੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਨਾ ਜਾਵੇ। ਦੂਜੀ ਥਾਂ ਅਸੀਂ ਮੈਂ ਕਹਿਣਾ ਚਾਹੁੰਦਾ ਕਿ ਕੋਈ ਵੀ ਅਸਰ ਸੂਖ ਵਾਲਾ ਬੰਦਾ ਹੋਵੇ, ਕੋਈ ਵੀ ਸਿਆਸੀ ਪਹੁੰਚ ਵਾਲਾ ਬੰਦਾ ਹੋਵੇ, ਕਿਸੇ ਵੀ ਬੰਦੇ ਨੂੰ ਪੜਤਾਲ ਕੀਤੇ ਬਿਨਾਂ ਪਿੰਡ 'ਚ ਆਉਣ ਨਾ ਦਿਓ, ਜਾਣ ਨਾ ਦਿਓ। ਪਤਾ ਨਹੀਂ ਹੁੰਦਾ ਉਹ ਜੇ ਬੰਦਿਆਂ ਦੀਆਂ ਗੱਡੀਆਂ ਦੇ ਵਿੱਚ ਵੀ ਚਿੱਟਾ ਲੰਘਦਾ ਹੋਵੇ। ਸੋ ਬਹੁਤ ਵਧੀਆ ਗੱਲ, ਮੈਂ ਕਹਿੰਦਾ ਕਰੋਨਾ, ਜਿੱਥੇ ਅਸੀਂ ਕਰੋਨਾ ਬਿਮਾਰੀ ਨੂੰ ਮਹਾਂਮਾਰੀ ਨੂੰ ਹਰਾਵਾਂਗੇ, ਉਸੇ ਅਸੀਂ ਚਿੱਟੇ ਤੋਂ ਜਿਹੜੀ ਲਗਾਤਾਰ ਕਈ ਸਾਲਾਂ ਤੋਂ ਸਾਡੇ ਨੌਜਵਾਨਾਂ ਨੂੰ ਖਾ ਰਹੀ ਹੈ, ਉਸ ਬਿਮਾਰੀ ਤੋਂ ਵੀ ਅਸੀਂ ਰਾਹਤ ਪਾ ਸਕਦੇ ਹਾਂ, ਨਜਾਤ ਪਾ ਸਕਦੇ ਹਾਂ। ਸੋ ਅਗਲੀ ਗੱਲ ਮੈਂ ਅੱਜ ਕਰਨੀ ਚਾਹੁੰਦਾ, ਇੱਕ ਹੋਰ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਜਿਹੜਾ ਆਪਾਂ ਦੇਖ ਰਹੇ ਹਾਂ ਕਿ ਲੋਕ ਬਿਮਾਰੀਆਂ ਨਾਲ ਜੂਝ ਰਹੇ ਨੇ, ਪਰ ਅੱਜ ਜਿਹੜਾ ਕਿਹਾ ਜਾਂਦਾ ਕਿ ਡਾਕਟਰ ਜਿਹੜੇ ਰੱਬ ਦਾ ਰੂਪ ਹੁੰਦੇ ਨੇ, ਉਹ ਤਕਰੀਬਨ ਪੰਜਾਬ ਦੇ ਬਹੁਤ ਜ਼ਿਲ੍ਹਿਆਂ ਦੇ ਵਿੱਚ, ਬਹੁਤ ਥਾਵਾਂ ਦੇ ਵਿੱਚ ਡਾਕਟਰਾਂ ਨੇ ਆਪਣੇ ਹਸਪਤਾਲ ਬੰਦ ਕਰਕੇ ਘਰਾਂ 'ਚ ਬੈਠ ਗਏ ਆ। ਸੋ ਮੈਂ ਕੈਪਟਨ ਮੁੱਖ ਮੰਤਰੀ ਦੇ ਧਿਆਨ 'ਚ ਗੱਲ ਲਿਆਉਣਾ ਚਾਹੁੰਦਾ ਕਿ ਜਿਹੜੇ ਡਾਕਟਰ ਲੋਕਾਂ ਨੂੰ ਲੁੱਟਣ ਦੇ ਵਿੱਚ ਬਹੁਤ ਅੱਗੇ ਆ। ਹੁਣ ਸਾਡੇ ਬਠਿੰਡੇ ਜ਼ਿਲ੍ਹੇ ਦੀ ਮੈਂ ਗੱਲ ਮੁੱਖ ਮੰਤਰੀ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਸਾਡੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਵੱਡੇ ਹਸਪਤਾਲ ਆ ਉਹ ਖੁੱਲ੍ਹੇ ਨੇ, OPD ਬੰਦ ਹੈ, ਪਰ ਜੇ ਕੋਈ ਉਹਨੂੰ ਲੱਗਦਾ ਕੋਈ ਸਟੰਟ ਪਾਉਣ ਵਾਲਾ ਮਰੀਜ਼ ਆ ਗਿਆ, ਕੋਈ ਦਿਮਾਗ ਦੀ ਬਿਮਾਰੀ ਵਾਲਾ ਮਰੀਜ਼ ਆ ਗਿਆ ਜਾਂ ਵੱਡੀ ਕੋਈ ਗੰਭੀਰ ਬਿਮਾਰੀ ਵਾਲਾ ਮਰੀਜ਼ ਆ ਗਿਆ ਜਿੱਥੇ 2-4 ਲੱਖ ਰੁਪਇਆ ਬਣਨਾ, ਉਹਨਾਂ ਨੂੰ ਉਹ ਦਾਖਲ ਕਰਕੇ ਮੋਟਾ ਰੁਪਇਆ ਵੀ ਕਮਾ ਰਹੇ ਨੇ, ਪਰ ਜਿੱਥੇ ਵਿਚਾਰੇ ਉਹ ਛੋਟੇ ਮੋਟੇ ਮਰੀਜ਼ ਨੇ ਜਿਨ੍ਹਾਂ ਨੇ ਦਿਖਾਉਣਾ OPDਆਂ ਬੰਦ ਨੇ। ਤਾਜ਼ਾ ਘਟਨਾ ਮੋਗੇ ਜ਼ਿਲ੍ਹੇ ਦੀ ਹੋਈ ਹੈ, ਕੱਲ੍ਹ ਪਰਸੋਂ ਦੀ ਘਟਨਾ, ਇੱਕ ਔਰਤ ਨੂੰ ਬੱਚਾ ਹੋਣ ਵਾਲਾ ਸੀ, ਰਾਤ ਨੂੰ ਵਿਚਾਰੀ ਨੇ ਘਰ ਘਰ ਜਾ ਕੇ ਡਾਕਟਰਾਂ ਦੇ ਦਰਵਾਜ਼ੇ ਖੜਕਾਏ, ਹਸਪਤਾਲਾਂ ਦੇ ਜਾ ਕੇ ਕਿਸੇ ਡਾਕਟਰ ਨੇ ਹਸਪਤਾਲ ਨਹੀਂ ਖੋਲ੍ਹਿਆ। ਅਖੀਰ ਨੂੰ ਉਸ ਔਰਤ ਨੂੰ ਇੱਕ ਫੁੱਟਪਾਥ ਦੇ ਉੱਤੇ, ਇੱਕ ਫੱਟੇ ਦੇ ਉੱਤੇ ਆਪਣੇ ਬੱਚੇ ਨੂੰ ਜਨਮ ਦਿੱਤਾ। ਅਤੇ ਉੱਥੇ ਮੈਂ ਧੰਨਵਾਦ ਕਰਨਾ ਚਾਹੁੰਦਾ ਉਹਨਾਂ 2 ਪੁਲਿਸ ਵਾਲਿਆਂ ਦਾ, ASI ਬਿੱਕਰ ਸਿੰਘ ਅਤੇ ਹੌਲਦਾਰ ਸੁਖਜਿੰਦਰ ਸਿੰਘ, ਜਿਨ੍ਹਾਂ ਨੇ ਉਸ ਔਰਤ ਦੀ ਮਦਦ ਕੀਤੀ। ਰਾਤ ਨੂੰ ਗੁਬੜੀਆਂ ਲੈ ਕੇ ਆਏ ਅਤੇ ਉਹ ਬੱਚਾ ਜਿਹੜਾ ਡਿਲੀਵਰੀ ਹੋਣ ਦੇ ਵਿੱਚ ਉਹਨਾਂ ਨੇ ਉਹਦੀ ਸਹਾਇਤਾ ਕੀਤੀ। ਕਈ ਵਾਰੀ ਪੁਲਿਸ ਵਾਲੇ ਦਾ ਮੈਨੂੰ ਇੱਕ ਫੋਨ ਆਇਆ, ਕਹਿੰਦਾ ਬਾਈ ਅਸੀਂ ਜਿੰਨਾ ਮਰਜ਼ੀ ਚੰਗਾ ਕੰਮ ਕਰ ਲਈਏ, ਕਹਿਣਾ ਤੁਸੀਂ ਸਾਨੂੰ ਬੁੱਚੜੀ ਹੁੰਦਾ ਨਹੀਂ, ਜਿੱਥੇ ਤੁਸੀਂ ਗਲਤ ਕੰਮ ਕਰੋਗੇ, ਘਟੀਆ ਕੰਮ ਕਰੋਗੇ, ਉੱਥੇ ਤੁਹਾਨੂੰ ਅਸੀਂ ਗਲਤ ਵੀ ਕਹਾਂਗੇ। ਜਦੋਂ ਅਸੀਂ ਚੰਗਾ ਕੰਮ ਕਰਦੇ ਹਾਂ ਉੱਥੇ ਤੁਸੀਂ ਅਸੀਂ ਤੁਹਾਡੀ ਸਲਾਹਾਂ ਵੀ ਕਰਦੇ ਹਾਂ, ਤੁਹਾਡਾ ਧੰਨਵਾਦ ਵੀ ਕਰਦੇ ਹਾਂ। ਇਹ ਗੱਲ ਮੈਂ ਕੈਪਟਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਠੀਕ ਹੈ OPDਆਂ ਬੰਦ ਕਰ ਦਿੱਤੀਆਂ ਗਈਆਂ, ਮੈਂ ਡਾਕਟਰਾਂ ਨਾਲ ਗੱਲ ਕੀਤੀ, ਕਹਿੰਦਾ ਸਰਕਾਰ ਦੀ ਹਦਾਇਤ OPD ਬੰਦ ਹੈ, ਠੀਕ ਹੈ ਕੈਪਟਨ ਸਾਹਿਬ, ਇੱਕ ਕੰਮ ਕਰੋ, ਇਹਨਾਂ ਡਾਕਟਰਾਂ ਤੋਂ ਸਰਕਾਰੀ ਹਸਪਤਾਲਾਂ 'ਚ ਕੰਮ ਲਓ, ਇਹਨਾਂ ਡਾਕਟਰਾਂ ਨੂੰ ਸਰਕਾਰੀ ਹਸਪਤਾਲਾਂ 'ਚ ਬਿਠਾਓ, ਜਿਹੜੇ ਛੋਟੇ ਛੋਟੇ ਸ਼ਹਿਰਾਂ ਦੇ ਸਰਕਾਰੀ ਹਸਪਤਾਲ ਉਹਨਾਂ 'ਚ ਬਿਠਾਓ, ਜ਼ਿਲ੍ਹੇ ਦੇ ਵੱਡੇ ਹਸਪਤਾਲ 'ਚ ਬਿਠਾਓ, ਪਿੰਡਾਂ ਦੀਆਂ ਡਿਸਪੈਂਸਰੀਆਂ 'ਚ ਬਿਠਾਓ। ਇਹਨਾਂ ਦੀਆਂ ਸੇਵਾਵਾਂ, ਜਿੰਨੇ ਪ੍ਰਾਈਵੇਟ ਡਾਕਟਰ ਨੇ, ਇਹਨਾਂ ਦੀਆਂ ਸੇਵਾਵਾਂ ਪਿੰਡਾਂ ਦੀਆਂ ਡਿਸਪੈਂਸਰੀਆਂ 'ਚ ਲਈਆਂ ਜਾਣ, ਵੱਡੇ ਹਸਪਤਾਲ ਜਿਹੜੇ ਸਰਕਾਰੀ ਨੇ ਜ਼ਿਲ੍ਹਿਆਂ ਦੇ ਜਾਂ ਹੋਰ ਸ਼ਹਿਰਾਂ ਦੇ, ਉਹਨਾਂ 'ਚ ਲਈਆਂ ਜਾਣ, ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ। ਜਿਹੜਾ ਕੋਈ ਪਿੰਡ ਦਾ ਮਰੀਜ਼ ਹੈ, ਜੇ ਪਿੰਡ ਦੀ ਡਿਸਪੈਂਸਰੀ ਡਾਕਟਰ ਬੈਠਾ ਹੋਊਗਾ ਤਾਂ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ। ਇਹ ਬਹੁਤ ਮੈਨੂੰ ਲੱਗਦਾ ਕਿ ਵਧੀਆ ਗੱਲ ਹੋ ਸਕਦੀ ਹੈ, ਜਿੱਥੇ ਅਸੀਂ ਬਾਹਰ ਜਾ ਕੇ ਬਿਮਾਰੀ ਲੱਗਣ ਤੋਂ ਬਚਾਂਗੇ, ਪਿੰਡਾਂ 'ਚ ਇਲਾਜ ਵੀ ਕਰਾ ਸਕਾਂਗੇ। ਹੁਣ ਜਿਹੜੀ ਇਹ ਦੀਵਾਰ ਹੈ ਪ੍ਰਾਈਵੇਟ ਅਤੇ ਸਰਕਾਰੀ ਦੀ, ਉਹ ਤੋੜ ਦੇਣੀ ਚਾਹੀਦੀ ਹੈ ਸਰਕਾਰ ਨੂੰ। ਸਾਰੇ ਜਿੰਨੇ ਹੁਣ ਡਾਕਟਰ ਘਰਾਂ 'ਚ ਬੈਠੇ ਆ, ਇਹਨਾਂ ਨੂੰ ਸਰਕਾਰੀ ਹਸਪਤਾਲਾਂ 'ਚ, ਡਿਸਪੈਂਸਰੀਆਂ 'ਚ ਕੰਮ ਲਿਆ ਜਾਵੇ। ਜੇ ਕੋਈ ਨਹੀਂ ਆਖੇ ਲੱਗਦਾ ਡਾਕਟਰ, ਤਾਂ ਇਹ ਸਰਕਾਰ ਨੂੰ ਅਪੀਲ ਕਰਦੇ, ਕਹਿੰਦੇ ਲਾਇਸੈਂਸ ਕੈਂਸਲ ਕੀਤੇ ਜਾਣ, ਹਸਪਤਾਲ ਬੰਦ ਕੀਤੇ ਜਾਣ, ਕਿਉਂਕਿ ਅੱਜ ਲੋਕਾਂ ਨੂੰ ਇਹਨਾਂ ਦੀ ਲੋੜ ਹੈ। ਅਤੇ ਇਹ ਲੋਕ ਆਪਣੇ ਘਰਾਂ 'ਚ ਵੜ ਕੇ ਬੈਠ ਗਏ ਆ, ਸਾਰੇ ਨਹੀਂ ਹੈਗੇ, ਕੁਛ ਚੰਗੇ ਵੀ ਹੈਗੇ ਆ, ਕੁਛ ਇਹੋ ਜਿਹੇ ਡਾਕਟਰ ਵੀ ਮੈਂ ਦੇਖੇ ਜਿਹੜੇ ਇਹੋ ਜਿਹੀ ਭਿਆਨਕ ਬਿਮਾਰੀ ਦੇ ਵਿੱਚ ਮਰੀਜ਼ਾਂ ਇਲਾਜ ਵੀ ਕਰ ਰਹੇ ਆ, ਉਹਨਾਂ ਦੀ ਬਾਂਹ ਵੀ ਫੜ ਰਹੇ ਆ। ਸੋ ਪਰ ਜਿਹੜੇ ਅੱਜ ਡਰ ਕੇ ਘਰਾਂ 'ਚ ਬੈਠ ਕੇ ਆਪਣੇ ਹਸਪਤਾਲ ਬੰਦ ਕਰ ਰਹੇ ਆ, ਵੱਡੀਆਂ ਵੱਡੀਆਂ ਬਿਲਡਿੰਗਾਂ ਨੂੰ ਤਾਲੇ ਲੱਗੇ ਪਏ ਆ, ਉਹਨਾਂ ਦੀਆਂ ਸੇਵਾਵਾਂ ਡਿਸਪੈਂਸਰੀਆਂ ਸਰਕਾਰੀ ਹਸਪਤਾਲਾਂ 'ਚ ਲਈਆਂ ਜਾਣ। ਇਹ ਗੱਲ ਮੈਂ ਹੋਰ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ 4-5 ਬੰਦੇ ਇਕੱਠੇ ਨਾ ਹੋਵੋ ਪਿੰਡਾਂ ਪਿੰਡਾਂ ਦੇ ਨਾਕੇ ਲਾ ਕੇ, ਠੀਕ ਹੈ, ਹਰ ਬੰਦੇ ਦੀ ਸਾਡੀ ਸੁਰੱਖਿਆ ਲਈ ਇਹ ਕੰਮ ਕਰ ਰਹੀ ਹੈ ਸਰਕਾਰ ਨੇ, ਕਰਫਿਊ ਲਾਇਆ ਤਾਂ ਲੋਕਾਂ ਲਈ ਲਾਇਆ, ਲੋਕਾਂ ਦੀ ਜਾਨ ਲਈ ਲਾਇਆ, ਲੋਕਾਂ ਦੀ ਜ਼ਿੰਦਗੀ ਲਈ ਲਾਇਆ, ਪਰ ਦੂਜੇ ਪਾਸੇ ਸਰਕਾਰ ਜੀ ਸਾਡੇ ਬਠਿੰਡੇ ਦੇ ਵਿੱਚ ਰਾਮਾ ਰਿਫਾਇਨਰੀ ਜਿਹੜੀ ਚੱਲਦੀ ਹੈ ਉਹ ਹਲੇ ਵੀ ਚੱਲ ਰਹੀ ਹੈ, 10 ਤੋਂ ਲੈ ਕੇ 15,000 ਦੇ ਕਰੀਬ ਜਿਹੜਾ ਉੱਥੇ ਮਜ਼ਦੂਰ ਆ ਰੋਜ਼ ਆ ਰਿਹਾ, ਲੰਬੀਆਂ ਲਾਈਨਾਂ ਲਾ ਕੇ ਉੱਥੇ ਆ ਰਹੇ ਨੇ ਲੋਕ, ਕਿ ਉੱਥੇ ਬਿਮਾਰੀ ਨਹੀਂ ਫੈਲ ਸਕਦੀ। ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਦਿੱਲੀ ਦੇ ਵਿੱਚ ਮਜਨੂਕਾ ਟਿੱਲਾ ਗੁਰਦੁਆਰਾ ਉੱਥੇ ਇਕੱਠ ਹੋਇਆ, ਹਾਲਾਂਕਿ ਉਹਨਾਂ ਪ੍ਰਬੰਧਕਾਂ ਨੇ ਪਹਿਲਾਂ ਵੀ ਸਰਕਾਰ ਦੇ ਧਿਆਨ 'ਚ ਲਿਆਤਾ ਸੀ, ਪਰ ਇਹਦੇ ਬਾਵਜੂਦ ਵੀ ਉਹਨਾਂ ਪ੍ਰਬੰਧਕਾਂ ਦੇ ਮੁਕੱਦਮਾ ਦਰਜ ਕਰ ਦਿੱਤਾ ਗਿਆ। ਦੂਜੇ ਪਾਸੇ ਤਬਲੀਗੀ ਜਮਾਤ ਵਾਲਿਆਂ ਨੇ ਇਕੱਠ ਕੀਤਾ, ਉਹਨਾਂ ਦੇ ਖਿਲਾਫ਼ ਵੀ ਮੁਕੱਦਮੇ ਦਰਜ ਹੋ ਗਏ, ਅਤੇ ਫਿਰ ਇੱਥੇ ਦੋਹਰੇ ਮਾਪਦੰਡ ਕਿਉਂ ਨੇ? ਜੇ ਉਹਨਾਂ ਦੇ ਖਿਲਾਫ਼ ਉਹਨਾਂ ਨੇ 2-4 ਹਜ਼ਾਰ ਬੰਦਾ ਇਕੱਠਾ ਕਰ ਲਿਆ, ਉਹਨਾਂ ਦੇ ਖਿਲਾਫ਼ ਮੁਕੱਦਮੇ ਦਰਜ ਹੋ ਸਕਦਾ, ਗੰਭੀਰ ਜਿਹੜੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਬਦਨਾਮ ਵੀ ਕੀਤਾ ਜਾ ਰਿਹਾ, ਪੂਰਾ ਮੀਡੀਆ ਹੁਣ ਬੈਠ ਗਿਆ ਆਪਣਾ ਤਾਮ ਝਾਮ ਲੈ ਕੇ। ਤਾਂ ਇੱਕ ਪਾਸੇ ਸਾਡੇ ਬਠਿੰਡੇ ਦੇ ਅੰਦਰ ਖਬਰਾਂ ਵੀ ਲੱਗੀਆਂ, ਕੱਲ੍ਹ ਪੰਜਾਬੀ ਟ੍ਰਿਬਿਊਨ ਅਖਬਾਰ ਦੀ ਖਬਰ ਹੈ,
ਉਦੋਂ ਪਹਿਲਾਂ ਵੀ ਖਬਰਾਂ ਲੱਗੀਆਂ ਇੱਕ ਮੁੰਡੇ ਨੌਜਵਾਨ ਨੇ ਢਿੱਲੋਂ ਨੇ ਵੀਡੀਓ ਬਣਾ ਕੇ ਪਾਤੀ ਸੀਗਾ ਜਿਹੜੀ ਫੈਕਟਰੀ ਆ ਸ਼ਰੇਆਮ ਚੱਲ ਰਹੀ ਆ ਉਹਦੇ ਖਿਲਾਫ਼ ਉਹਨੂੰ ਧਮਕਾਇਆ ਗਿਆ ਡਰਾਇਆ ਗਿਆ ਪ੍ਰਸ਼ਾਸਨ ਵੱਲੋਂ ਕਿ ਤੇਰੇ ਖਿਲਾਫ਼ ਮੁਕੱਦਮਾ ਦਰਜ ਕਰਾਂਗੇ ਇੱਕ ਪਾਸੇ 15-15-20 ਹਜ਼ਾਰ ਬੰਦਾ ਇਕੱਠਾ ਕੰਮ ਕਰ ਰਿਹਾ ਫੈਕਟਰੀਆਂ ਦੇ ਵਿੱਚ ਦੂਜੇ ਪਾਸੇ ਜੇ ਕੋਈ ਧਾਰਮਿਕ ਜਗ੍ਹਾ ਦੇ ਬੰਦੇ ਇਕੱਠੇ ਹੁੰਦੇ ਨੇ ਉੱਥੇ ਮੁਕੱਦਮੇ ਦਰਜ ਹੁੰਦੇ ਨੇ ਇਹ ਕਿਉਂ ਹੋ ਰਿਹਾ ਸੋ ਇਹ ਕੈਪਟਨ ਸਾਹਿਬ ਦੋ ਗੱਲਾਂ ਮੈਂ ਤੁਹਾਡੇ ਧਿਆਨ 'ਚ ਲਿਆਉਂਦੀਆਂ ਨੇ ਰਾਮਾ ਰਿਫਾਇਨਰੀ ਦੀ ਗੱਲ ਇਹਦੇ ਤੁਸੀਂ ਗੌਰ ਕਰਨਾ ਗੌਰ ਪਤਾ ਕਿਉਂ ਨਹੀਂ ਹੋਣਾ ਮੈਨੂੰ ਤਾਂ ਲੱਗਦਾ ਨਹੀਂ ਗੌਰ ਹੋਊਗਾ ਵੱਡੇ ਬੰਦਿਆਂ ਲਈ ਵੱਡੀਆਂ ਗੱਲਾਂ ਹੁੰਦੀਆਂ ਨੇ ਵੱਡੇ ਬੰਦਿਆਂ ਨੂੰ ਕੋਈ ਰੋਕ ਟੋਕ ਨਹੀਂ ਇੱਥੇ ਜਦੋਂ ਮਾਰ ਪੈਂਦੀ ਆ ਗਰੀਬਾਂ 'ਤੇ ਪੈਂਦੀ ਹੈ ਇਹ ਰਾਮਾ ਰਿਫਾਇਨਰੀ ਦਾ ਮਾਲਕ 59 ਪੈਸੇ ਹਿੱਸੇਦਾਰੀ ਮਿੱਤਲ ਦੀ ਹੈ ਜਿਹੜੇ ਮਿੱਤਲ ਦਾ ਪਿਛਲੇ ਦਿਨ ਤੁਸੀਂ ਖਬਰਾਂ ਪੜ੍ਹੀਆਂ ਹੋਣਗੀਆਂ ਕਿ ਉਹਨੇ 100 ਕਰੋੜ ਰੁਪਇਆ ਪ੍ਰਧਾਨ ਮੰਤਰੀ ਰਾਹਤ ਕੋਸ਼ ਫੰਡ 'ਚ ਦਿੱਤਾ ਕਿ ਮਿੱਤਲ ਵਰਗਿਆਂ ਕਰਕੇ ਫੈਕਟਰੀਆਂ ਨਹੀਂ ਬੰਦ ਹੋ ਰਹੀਆਂ ਇੱਥੇ ਵੀ ਉਹੀ ਗੱਲ ਉੱਚੀ ਜਾਤ ਅਤੇ ਨੀਵੀਂ ਜਾਤ ਤਕੜਾ ਅਤੇ ਮਾੜਾ ਬੰਦਾ ਹੋ ਰਿਹਾ ਮਾੜਾ ਬੰਦਾ ਨੂੰ ਨਿਕਲਣ ਨੂੰ ਬਾਹਰ ਜਿਹੜਾ ਦਿਹਾੜੀਦਾਰ ਮਜ਼ਦੂਰ ਬੰਦਾ ਉਹ ਵਿਚਾਰਾ ਉਹ ਤਾਂ ਬੈਠਾ ਘਰਾਂ 'ਚ ਡਰਦਾ ਪੁਲਿਸ ਤੋਂ ਜਾਂ ਪ੍ਰਸ਼ਾਸਨ ਤੋਂ ਜਾਂ ਕਾਰਵਾਈ ਤੋਂ ਜਾਂ ਆਪਣੀ ਜ਼ਿੰਦਗੀ ਲਈ ਪਰ ਤਕੜੇ ਬੰਦੇ ਸ਼ਰੇਆਮ ਧੱਜੀਆਂ ਉਡਾ ਰਹੀਆਂ ਤੁਹਾਡੇ ਕਰਫਿਊ ਦੀਆਂ ਉੱਥੇ ਤੁਸੀਂ ਕਦੋਂ ਲਾਗੂ ਕਰਾਓਗੇ ਸੋ ਇਹ ਗੱਲਾਂ ਡਾਕਟਰਾਂ ਬਾਰੇ ਅਤੇ ਫੈਕਟਰੀ ਬਾਰੇ ਤੀਜੀ ਮੈਂ ਲੋਕਾਂ ਨੂੰ ਅਪੀਲ ਕਰਦਾ ਭਰਾਵੋ ਅੱਜ ਇਸ ਤਰ੍ਹਾਂ ਅੱਜ ਸਾਡੇ ਪਿੰਡ ਦੇ ਵਿੱਚ ਚੱਟੇ ਵਾਲੇ ਫੜੇ ਗਏ ਆ ਆਪੋ ਆਪਣੇ ਪਿੰਡਾਂ ਦੇ ਵਿੱਚ ਨਾਕੇ ਲਾ ਲਓ ਨਾਕੇ ਲਾ ਕੇ ਅਸੀਂ ਕਰੋਨਾ ਨੂੰ ਵੀ ਹਰਾਵਾਂਗੇ ਅਤੇ ਚਿੱਟਿਆਂ ਨੂੰ ਵੀ ਨੱਥ ਪਾਵਾਂਗੇ ਧੰਨਵਾਦ ਸਮੇਂ-ਸਮੇਂ 'ਤੇ ਕੋਈ ਵੀ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਮੇਰੇ ਨਾਲ ਸਰਪੰਚ ਆ ਮੁੰਡਾ ਨੌਜਵਾਨ ਹੈ ਬੂਟਾ ਸਿੰਘ ਇਹਨੇ ਬਹੁਤ ਵਧੀਆ ਉਪਰਾਲਾ ਕੀਤਾ ਸ਼ੁਰੂਆਤ ਕੀਤੀ ਇਸ ਕੰਮ ਦੀ ਇਹਨੇ ਇੱਕ ਨਹੀਂ ਇਹਨੇ ਕਈ ਚਿੱਟੇ ਵਾਲੇ ਫੜੇ ਆ ਸੋ ਇਹ ਸਾਰੇ ਪਿੰਡਾਂ ਦੇ ਮੈਂ ਸਰਪੰਚਾਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਆਪੋ ਆਪਣੇ ਪਿੰਡਾਂ ਦੇ ਵਿੱਚ ਪਹਿਰੇ ਲਾ ਕੇ ਇਸ ਤਰ੍ਹਾਂ ਚਿੱਟਿਆਂ ਨੂੰ ਵੀ ਆਪਾਂ ਨੱਥ ਪਾ ਸਕਦੇ ਹਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ